ਲੁਧਿਆਣਾ ਦੇ ਟੋਲੇਵਾਲ ਚੌਂਕ ਰੇਲਵੇ ਲਾਈਨਾਂ 'ਤੇ ਤੁਰਕ ਜੰਮੂ ਤਵੀ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਵਿਅਕਤੀਆਂ ਦੇ ਅਨੁਸਾਰ ਚਾਰ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰੇਲ ਦੀ ਪਟਰੀ 'ਤੇ ਬੈਠੇ ਹੋਏ ਸੀ ਅਤੇ ਉਦੋਂ ਹੀ ਉੱਥੇ ਟ੍ਰੇਨ ਆ ਗਈ। ਤਿੰਨ ਨੌਜਵਾਨ ਤਾਂ ਉੱਠ ਗਏ ਪਰ ਚੌਥਾ ਨੌਜਵਾਨ ਉੱਥੇ ਹੀ ਬੈਠਾ ਰਹਿ ਗਿਆ। ਤਿੰਨੇ ਨੌਜਵਾਨਾਂ ਨੇ ਚੌਥੇ ਚੱਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਟ੍ਰੇਨ ਆ ਚੁੱਕੀ ਸੀ ਅਤੇ ਉਸਨੇ ਉਸ ਨੌਜਵਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਦੌਰਾਨ ਹੀ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਹਮਾਰੇ ਸਾਹਮਣੇ ਹਮ ਜਾ ਰਹੇ ਥੇ ਪਲੇਟ ਦੇਣੇ ਕੇ ਲੀਏ ਤਬ ਹੁਆ ਥਾ। ਹਾਂ ਤਾਂ ਤਰੁਣ ਪਿੰਟਰ ਸੀਮਾ ਚੌਕ ਪਰ ਗਏ ਹੈ ਤਬ ਹਮ ਆਏ ਹੈਂ। ਰਮਨ ਪ੍ਰਸਾਦ ਕਿਤਨੇ ਵਜੇ ਬਾਕੀ ਜੀ? ਆਧਾ ਘੰਟਾ ਪਹਿਲੇ ਕੀ ਬਾਤ ਹੈ। ਹਾਂ ਕਿਤਨੇ ਆਦਮੀ ਥੇ ਜੀ? ਚਾਰ ਆਦਮੀ ਥੇ, ਚਾਰੋ ਬੈਠਾ ਹੁਆ ਥਾ ਦਾਰੂ ਪੀ ਕਰਕੇ। ਅੱਛਾ ਦਾਰੂ ਪੀ ਹੋਈ? ਹਾਂ ਦਾਰੂ ਪੀਏ ਹੋਏ ਥਾ, ਜਿਸਮੇ ਤਿੰਨ ਗੋ ਹਟਾ, ਏਗੋ ਬਹੁਤ ਪੀਏ ਹੋਏ ਥਾ ਇਸੀਲੀਏ ਉਹ ਹਟਾ ਨਹੀਂ, ਦੂਸਰਾ ਗਿਆ ਉਸਕੋ ਖਿੱਚਣੇ ਕੇ ਲਿਏ, ਤਬ ਤੱਕ ਗਾੜੀ ਆ ਗਿਆ ਉਸਕੋ ਝਟਕਾ ਸੇ ਏਗੋ ਕੋ ਫੇਂਕ ਦਿਆ, ਵਹੀ ਪੱਥਰ ਕਾ ਯਹਾਂ ਚੋਟ ਲੱਗ ਗਿਆ। ਅਬ ਕਹਾਂ ਕੇ ਥੇ ਸੋ ਹਮਕੋ ਜਾਣਾ, ਹਮ ਤੋ ਮਾਰਕੀਟ ਮੇ ਕਾਮ ਕਰਤੇ ਹੈ, ਜਾਤੇ ਆਤੇ ਰਹਤੇ ਹੈ ਦਸ ਬਾਰ। ਪੁਲਿਸ ਮੌਕੇ ਪੇ ਆ ਗਈ ਥੀ, ਕਿਤਨੀ ਦੇਰ ਬਾਅਦ ਆਈ ਥੀ? ਹੈਂ ਯਹਾਂ ਪੇ ਲੋਗ ਐਸੇ ਬੈਠੇ ਰਹਤੇ ਹੈ? ਹਾਂ ਐਸੇ ਹੀ ਬੈਠੇ ਰਹਤੇ ਹੈ। ਤੋ ਕੋਈ ਇਨਕੋ ਰੋਕਤਾ ਨਹੀਂ, ਕੋਈ ਜੀਆਰਪੀ? ਅਰੇ ਸਭ ਕਹਤਾ ਹੈ ਲੇਕਿਨ ਹਟਤਾ ਹੀ ਨਹੀਂ ਹੈ ਕੋਈ। ਹਮ ਤਾਂ ਅਬ ਆਪਣਾ ਕਾਮ ਰਹਤਾ ਗਏ ਆਏ, ਗਾੜੀ ਦੇਖੇ ਤਬ 10 ਮਿੰਟ ਅਟਕ ਜਾਤੇ ਹੈ। ਹਾਂਜੀ ਉਹ ਤਾਂ ਉਹ ਜਿਹੜਾ ਹਾਸਾ ਆਇਆ ਉਹ ਵੀ ਬੜਾ ਦੁੱਖਦਾਇਕ ਹੈ। ਹੁਣ ਇਹ ਹੈ ਕਿ ਉਸ ਤੋਂ ਸਿੱਖਣਾ ਚਾਹੀਦਾ ਸੀ ਇਹਨਾਂ ਨੂੰ, ਇੱਥੇ ਵੀ ਗਾਰਡ ਖੜੇ ਕਰਨੇ ਚਾਹੀਦੇ ਸੀ ਕੋਈ, ਕਿ ਜਿਹੜਾ ਟ੍ਰੇਨ ਆਉਂਦੀ ਹੈ ਪ੍ਰੋਪਰ ਇੱਕ ਗਾਰਡ ਉਸ ਸਾਈਡ, ਇੱਕ ਸਾਈਡ ਇੱਕ ਗਾਰਡ ਇੱਕ ਸਾਈਡ ਹੋਵੇ, ਠੀਕ ਹੈ, ਪ੍ਰੋਪਰ ਵਿਸਲ ਵਜਾਵੇ ਔਰ ਦੱਸ ਦੇਵੇ ਕਿ ਹਾਂ ਟ੍ਰੇਨ ਆ ਰਹੀ, ਸਾਰੇ ਸਾਈਡ ਹੋ ਜਾਏ, ਕਿਸੇ ਨੂੰ ਪਟਰੀਆਂ ਨਾ ਕਰੋਸ ਕਰਨ ਦਿੱਤੀਆਂ ਜਾਣ। ਉਹ ਤਾਂ ਰਹੇ ਜੀ ਸਰ, ਹੁਣ ਅਸੀਂ ਤਾਂ ਇਹ ਜੋ ਮੌਕੇ 'ਤੇ ਕਾਰਵਾਈ ਬਣਦੀ ਕਰਦੇ ਹਾਂ, ਬਾਕੀ ਸੀਨੀਅਰ ਅਫਸਰਾਂ ਦੇ ਨੋਟਸ ਵਿੱਚ ਲਿਆਵਾਂਗੇ ਜਿੱਦਾਂ ਵੀ ਜੋ ਵੀ ਹੋਊਗਾ। ਜ਼ਰੂਰ ਹੋਣਾ ਚਾਹੀਦਾ, ਅਸੀਂ ਤਾਂ ਪਹਿਲਾਂ ਇਹਨੂੰ ਚੱਕਾਂਗੇ ਬਾਅਦ ਵਿੱਚ। ਕਿੰਨੇ ਵਜੇ ਵੱਕ ਗਿਆ ਜੀ? ਇਹ ਜੀ ਕੋਈ 20 ਮਿੰਟ ਹੋਏ ਹੁਣ, 20 ਪਤਾ ਲੱਗਿਆ ਇਹ ਜੀ ਇੱਧਰੋਂ ਗਈ ਆ ਮੀਮੋ 'ਤੇ, ਉਹ ਪਤਾ ਲੱਗੇਗਾ ਜੀ ਇੱਧਰੋਂ। ਹਾਂਜੀ ਦਰਗਿਆਨਾ ਐਕਸਪ੍ਰੈਸ ਹੈ, ਇੱਥੋਂ ਮੀਮੋ ਲਵਾਂਗੇ ਅਤੇ ਅਸੀਂ ਤਾਂ ਫੋਨ 'ਤੇ ਆਏ ਹਾਂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।